ਪਰਾਲੀ ਵਾਲਾ ਮੁੱਦਾ ਇੰਨਾ ਜ਼ਿਆਦਾ ਭਖਿਆ ਹੋਇਆ ਹੈ ਕਿ ਹੁਣ ਤਾਂ ਕਿਨਾਰੇ ਤੇ ਆ ਗਿਆ ਕੰਮ ਐਸਐਚਯੂਜ਼ ਦੀਆਂ ਡਿਊਟੀਆਂ ਤੱਕ ਲੱਗ ਰਹੀਆਂ ਪੰਜਾਬ ਦੇ ਡੀਜੀਪੀ ਵੀ ਤੇ ਮੁਖ ਸਕੱਤਰ ਨੇ ਕਿਹਾ ਕਿ ਇਸ ਸਖਤੀ ਨਾਲ ਹੁਕਮ ਹੈ ਕਿ ਸੁਪਰੀਮ ਕੋਰਟ ਨੇ ਹਦਾਇਤਾਂ ਬਹੁਤ ਦਿੱਤੀਆਂ ਤੇ ਹੁਣ ਐਸਐਚਯੂਜ਼ ਗਸ਼ਤ ਗਸ਼ਤ ਆਪ ਕਰਿਆ ਕਰਨਗੇ ਖੇਤਾਂ 'ਚ ਜਾ ਕੇ ਕਿ ਪਰਾਲੀ ਨੂੰ ਅੱਗ ਨਹੀਂ ਲੱਗਣੀ ਚਾਹੀਦੀ ਗੈਂਗਸਟਰਾਂ ਨੂੰ ਜਿਹੜੇ ਸਮਾਜ ਵਿਰੋਧੀ ਅੰਸਰ ਆ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਗਸ਼ਤ ਚਾਹੀਦੀ ਹੈ ਜਾਂ ਪਰਾਲੀ ਨੂੰ ਜਿਹੜੀ ਅੱਗ ਲਾ ਰਹੀ ਹੈ ਉਹਦੇ ਤੇ ਗਸ਼ਤ ਹੋਣੀ ਚਾਹੀਦੀ ਹੈ ਇਹ ਇੱਕ ਸਵਾਲ ਬਹੁਤ ਵੱਡਾ ਹੈ ਇਹ ਜਿਹੜੀ ਪੰਜਾਬ ਸਰਕਾਰ ਕਰ ਰਹੀ ਹੈ ਐਸਐਚਓ ਦਾ ਲਾ ਕੇ ਇਹਨਾਂ ਦੀ ਡਿਊਟੀ ਹੋਰ ਹੈ ਉਹ ਆਪਣੀ ਡਿਊਟੀ ਅਦਾ ਕਰਨ ਵੀ ਤਾਂ ਉਹ ਪੰਜਾਬੀ ਦੇ ਇੱਕ ਕਹਾਉਤ ਆ ਬੇ ਸੱਪ ਲੰਘਿਆ ਉਹ ਲੀ ਨੂੰ ਕੁੱਟੀ ਜਾਂਦੇ ਨੇ ਉਹ ਤਾਂ ਇਹ ਆ ਪੰਜਾਬ ਸਰਕਾਰ ਦਾ ਕੰਮ ਹੁਣ ਝੜਕਾਂ ਪਈਆਂ ਉੱਪਰੋਂ ਕੇ ਜੀ ਨੇ ਉੱਥੇ ਪ੍ਰੋਪਰ ਪੱਖ ਨਹੀਂ ਰੱਖਿਆ ਹੈ ਜਿਹੜਾ ਅਸੀਂ ਵਿਦੇਸਾਂ ਨੂੰ ਠੂਠਾ ਫੜ ਕੇ ਤੁਰੇ ਫਿਰਦੇ ਸੀ ਤੋਂ ਠੂਠਾ ਫੜਨੋ ਹਟਾਇਆ ਪੰਜਾਬ ਦੇ ਕਿਸਾਨਾਂ ਨੇ ਕੀ ਕਮਿਸ਼ਨਰਾਂ ਨੇ ਹੁਕਮ ਚਾੜ ਦਿੱਤੇ ਸੀ ਕਈ ਤਾਂ ਪਲਟੀ ਮਾਰ ਕੇ ਕਈ ਕਹਿੰਦੇ ਜਿਹੜੇ ਕਿਸਾਨ ਖੇਤਾਂ 'ਚ ਅੱਗ ਲਾਉਣਗੇ ਉਹਨਾਂ ਦੀ ਇਮੀਗ੍ਰੇਸ਼ਨ ਬੱਚਿਆਂ ਦੀ ਬੰਦ ਕਰਾਂਗੇ ਕੋਈ ਕਹਿੰਦਾ ਨੰਬਰਦਾਰੀ ਪੰਚੀ ਸਰਪੰਚੀ ਰੱਦ ਕਰਾਂਗੇ ਦਾਦਰਸ਼ਾਹੀ ਹੁਕਮਾਂ ਦੇ ਨਾਲ ਕਦੇ ਮਸਲੇ ਦਾ ਹੱਲ ਨਹੀਂ ਹੁੰਦਾ ਸਰਕਾਰ ਕਿਸਾਨਾਂ ਦੀ ਮਦਦ ਕਿਉਂ ਨਹੀਂ ਕਰਦੀ ਇਸ ਗੱਲ ਤੋਂ ਸਰਕਾਰ ਆਪਦੇ ਪੈਰ ਪਿੱਛੇ ਕਿਉਂ ਖਿੱਚਦੀ ਹੈ ਸਪੀਮ ਕੋਟ ਨੇ ਵੀ ਕਿਹਾ ਵੀ ਇਹਨਾਂ ਨੂੰ ਆਲਟਰਨੇਟਿਵ ਮਦਦ ਤਾਂ ਕਰੋ ਕਿਸਾਨਾਂ ਦੀ ਕਿ ਕਿਸਾਨਾਂ ਨੂੰ ਜਾਂ ਪਰਤਿਆਂ ਦੀਆਂ ਧਮਕੀਆਂ ਜਾਂ ਬੱਚਿਆਂ ਦੀਆਂ ਜਾਂ ਨੰਬਰਦਾਰੀ ਖਤਮ ਕਰਨ ਦੀਆਂ ਅਜਿਹੀਆਂ ਧਮਕੀਆਂ ਪੰਜਾਬ ਸਰਕਾਰ ਨੇ ਦਿੱਤੀਆਂ ਨੇ ਤੇ ਜਿਹੜਾ ਧਮਕੀਆਂ ਨਾਲ ਕੰਮ ਕਦੇ ਨਹੀਂ ਚੱਲਦਾ ਉਹਦੇ ਲਈ ਸਰਕਾਰ ਆਪਣੇ ਜਿਹੜੇ ਜਹਾਜ਼ਾਂ ਤੇ ਖਰਚੇ ਕਰਦੇ ਨੇ ਐਡਵਰਟਾਈਜ਼ਮੈਂਟ ਤੇ ਖਰਚੇ ਕਰਦੇ ਨੇ ਜਿਹੜਾ ਕੇਜਰੀਵਾਲ ਸਾਹਿਬ ਨੂੰ ਢੋਣ ਤੇ ਖਰਚਾ ਕੀਤਾ ਜਾ ਰਿਹਾ ਉਹ ਖਰਚੇ ਬੰਦ ਕਰੋ ਉਹ ਖਰਤੇ ਬੰਦ ਕਰਕੇ ਸਗੋਂ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਬਚਾਉਣ ਵਾਸਤੇ ਉਹਨਾਂ ਦੀ ਮਦਦ ਕਰੋ ਫਨਾਸ ਦੇ ਤੌਰ ਪੰਜਾਬ ਦੇ ਹੈ ਮੁੱਦਿਆਂ ਦੇ ਉੱਤੇ ਗੱਲ ਕਰਾਂਗੇ ਖਾਸ ਕਰਕੇ ਕਿਸਾਨਾਂ ਨਾਲ ਜੁੜਿਆ ਮਸਲਾ ਹੈ ਪਰਾਲੀ ਦਾ ਪਰਾਲੀ ਨੂੰ ਲੈ ਕੇ ਕਿਸਾਨਾਂ ਨੂੰ ਕਸੂਰਵਾਰਤਾ ਬਣਾਇਆ ਜਾ ਰਿਹਾ ਹੈ ਨਾਲ ਹੀ ਕਈ ਤਰ੍ਹਾਂ ਦੇ ਫਰਮਾਨ ਵੀ ਹੋ ਰਹੇ ਨੇ ਤੇ ਸੁਪਰੀਮ ਕੋਰਟ ਦੇ ਵਿੱਚ ਏਜੀ ਦੇ ذریعے ਕੀ ਸਟੈਂਡ ਸਪਸ਼ਟ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਦੇ ਉੱਤੇ ਸਵਾਲ ਉੱਠ ਰਹੇ ਨੇ ਕਿ ਐਮਐਸਪੀ ਖਤਮ ਕੀ ਹੋਣ ਜਾ ਰਹੀ ਹੈ ਜਾਂ ਇਸ ਦੀ ਮੰਗ ਆਪ ਹੀ ਕਿਉਂ ਕਰ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ذریعے ਕੀਤੀ ਜਾ ਰਹੀ ਹੈ ਇਸ ਮਸਲੇ ਤੇ ਸੱਚਾਈ ਕਿੰਨੀ ਹੈ ਇਸ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਸੀਪੀਐਮ ਦੇ ਸੂਬਾ ਸਖਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਾਮਰੇਡ ਜੀ ਸਭ ਤੋਂ ਪਹਿਲਾਂ ਤਾਂ ਪਰਾਲੀ ਵਾਲਾ ਮੁੱਦਾ ਇੰਨਾ ਜ਼ਿਆਦਾ ਭਖਿਆ ਹੋਇਆ ਹੈ ਕਿ ਹੁਣ ਤਾਂ ਕਿਨਾਰੇ ਤੇ ਆ ਗਿਆ ਕੰਮ ਹਜੇ ਵੀ ਫਰਮਾਨ ਕਈ ਤਰ੍ਹਾਂ ਦੇ ਜਾਰੀ ਹੋ ਰਹੇ ਐਸਐਚਓਜ਼ ਦੀਆਂ ਡਿਊਟੀਆਂ ਤੱਕ ਲੱਗ ਰਹੀਆਂ ਤੇ ਦੂਜੇ ਪਾਸੇ ਸੁਪਰੀਮ ਕੋਰਟ ਤੱਕ ਵੀ ਅਦਾਇਤਾਂ ਵੀ ਆਈਆਂ ਤੇ ਗੱਲਾਂ ਉੱਥੇ ਵੀ ਪੁੱਜੀਆਂ ਤੁਸੀਂ ਪਹਿਲੀ ਨਜ਼ਰੇ ਕਿਵੇਂ ਵੇਖਦੇ ਹੋ ਇਸ ਮੁੱਦੇ ਨੂੰ ਵਖੋ ਜਿਹੜਾ ਪਰਾਲੀ ਸਾੜਨ ਦਾ ਸਵਾਲ ਆ ਇਹ ਬਹੁਤ ਛੋਟ ਟਾਈਮ ਹੁੰਦਾ ਵੀ ਕਣਕ ਦੀ ਬਜਾਈ ਕਰਨੀ ਆ ਉਹਦੇ ਨਾਲ-ਨਾਲ ਪਸ਼ੂਆਂ ਵਾਸਤੇ ਆਪਦਾ ਚਾਰੇ ਦਾ ਵੀ ਉਹਨਾਂ ਨੇ ਪ੍ਰਬੰਧ ਕਰਨਾ ਹੁੰਦਾ। ਇਹ ਸ਼ਾਰਟ ਪੀਰੀਅਡ ਦੇ ਵਾਸਤੇ ਜਿਹੜਾ ਸਰਕਾਰ ਕਹਿ ਰਹੀ ਹੈ ਵੀ ਅਸੀਂ ਇੰਨੀਆਂ ਮਸ਼ੀਨਾਂ ਦੇਤੀਆਂ ਉਹ ਭਰੀਆਂ ਬੰਨਣ ਵਾਲਾ ਸਿਸਟਮ ਦਿੱਤਾ। ਅਸਲ ਵਿੱਚ ਇਹ ਆ ਵੀ ਸਰਕਾਰ ਦੀ ਇੱਕ ਠੋਸ ਪਾਲਿਸੀ ਹੈ ਜਿਹੜੀ ਇਸ ਮੁੱਦੇ ਦੇ ਉੱਤੇ ਨਹੀਂ ਹੈ। ਉਹ ਮੁੱਦੇ ਤੇ ਨਾ ਹੋਣ ਕਾਰਨ ਕਿਸਾਨ ਨੂੰ ਜਿਹੜਾ ਇਨਸੈਂਟਿਵ ਨਹੀਂ ਦਿੱਤਾ ਜਾ ਰਿਹਾ ਉਸਵਾਲ ਦੇ ਉੱਤੇ ਜਿਉਂ ਸੰਟਮ ਵੇਲੇ ਕਿਸਾਨ ਨੂੰ ਤਾਂ ਲਾਜ਼ਮੀ ਤੌਰ ਦੇ ਉੱਤੇ ਉਹ ਪਰਾਲੀ ਨੂੰ ਅੱਗ ਨਾ ਲਾਵੇ ਪਰਾਲੀ ਨੂੰ ਅੱਗ ਲਾਉਣਾ ਕਿਸਾਨ ਦੀ ਹਕੀਕਤ ਰੂਪ ਵਿੱਚ ਇੱਕ ਮਜਬੂਰੀ ਹੈ ਅਗਲੀ ਫਸਲ ਆ ਜਿਹੜੀ ਉਹਨੇ ਟਾਈਮ ਨਾਲ ਬੀਜਣੀ ਹੈ ਤੋਂ ਉਦਲੇ ਸਰਕਾਰਾਂ ਦੀ ਹੀ ਜ਼ਿੰਮੇਵਾਰੀ ਹੈ ਪੰਜਾਬ ਸਰਕਾਰ ਆਪ ਇਹ ਜ਼ਿੰਮੇਵਾਰੀ ਲਵੇ ਔਰ ਭਗਵਾਨ ਤਮਨਜੀ ਜਦੋਂ ਸਰਕਾਰ ਤੋਂ ਬਾਹਰ ਸਨ ਤਦੋਂ ਆਪ ਇਹ ਗੱਲ ਕਹਿੰਦੇ ਸਨ ਵੀ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਹੁਣ ਸਰਕਾਰ ਵਿੱਚ ਨੇ ਮੁੱਖ ਮੰਤਰੀ ਸਾਹਿਬ ਨੇ ਤੇ ਇਹਨਾਂ ਨੂੰ ਆਪਣੀ ਉਹ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਤੇ ਪਰਾਲੀ ਨੂੰ ਸੰਭਾਲਣ ਵਾਸਤੇ ਮਸ਼ੀਨਰੀ ਦਾ ਜਿੱਥੇ ਪ੍ਰਬੰਧ ਆ ਉੱਥੇ ਕਿਸਾਨਾਂ ਨੂੰ ਮਤਲਬ ਕੈਸ਼ ਵੀ ਉਹਨਾਂ ਨੂੰ ਮਦਦ ਕਰਨੀ ਪਵੇਗੀ ਤਾਂ ਕਿ ਉਹ ਪਰਾਲੀ ਨੂੰ ਸੰਭਾਲ ਸਕਣ ਪ੍ਰਾਪਰ ਤਿੱਕੇ ਨਾਲ ਪਰ ਇੱਕ ਕੱਲ ਸਮੀਖਿਆ ਮੀਟਿੰਗ ਹੋ ਗਈ ਪੰਜਾਬ ਦੇ ਡੀਜੀਪੀ ਵੀ ਤੇ ਮੁਖ ਸਕੱਤਰ ਨੇ ਕਿਹਾ ਕਿ ਇਸ ਸਖਤੀ ਨਾਲ ਹੁਕਮ ਹੈ ਕਿ ਸੁਪਰੀਮ ਕੋਰਟ ਨੇ ਹਦਾਇਤਾਂ ਬਹੁਤ ਦਿੱਤੀਆਂ ਤੇ ਹੁਣ ਐਸਐਚਓ ਗਸ਼ਤ ਤਾਪ ਕਰਿਆ ਕਰਨਗੇ ਖੇਤਾਂ 'ਚ ਜਾ ਕੇ ਕਿ ਪਰਾਲੀ ਨੂੰ ਅੱਗ ਨਹੀਂ ਲੱਗਣੀ ਚਾਹੀਦੀ ਲਕੋ ਇਹ ਸਵਾਲ ਦੇ ਉੱਤੇ ਜਿਹੜੀ ਪੰਜਾਬ ਸਰਕਾਰ ਬੜੀ ਸਮਝ ਲਓ ਵੀ ਐਸਐਚਓ ਗਸ਼ਤ ਹੁਣ ਗੈਂਗਸਟਰਾਂ ਨੂੰ ਜਿਹੜੇ ਸਮਾਜ ਵਿਰੋਧੀ ਅਨਸਰ ਆ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਗਸ਼ਤ ਚਾਹੀਦੀ ਹੈ ਜਾਂ ਪਰਾਲੀ ਨੂੰ ਜਿਹੜੀ ਅੱਗ ਲਾ ਰਹੀ ਹੈ ਉਹਦੇ ਤੇ ਗਸ਼ਤ ਹੋਣੀ ਚਾਹੀਦੀ ਹੈ ਇਹ ਇੱਕ ਸਵਾਲ ਬਹੁਤ ਵੱਡਾ ਹੈ ਤੇ ਇਸ ਸਮੇਂ ਲਗਭਗ ਪਰਾਲੀ ਆ ਜਿਹੜੀ ਉਹਦਾ ਬਹੁਤ ਵੱਡਾ ਹਿੱਸਾ ਜਿਹੜਾ ਉਹ ਸਮਾਪਤ ਹੋ ਚੁੱਕਿਆ ਹੈ ਸ਼ੋ ਅ ਬਹੁਤ ਮਤਲਬ ਜਿਹੜੀ ਕਣਕ ਵੀ ਬੀਜੀ ਜਾ ਚੁੱਕੀ ਹੈ ਇਹ ਤਾਂ ਇਹ ਆ ਪੰਜਾਬ ਸਰਕਾਰ ਦਾ ਕੰਮ ਹੁਣ ਝੜਕਾਂ ਪਈਆਂ ਉੱਪਰੋਂ ਏਜੀ ਨੇ ਉੱਥੇ ਪ੍ਰਾਪਰ ਪੱਖ ਨਹੀਂ ਰੱਖਿਆ ਹੈ ਵੀ ਉਹਦੇ ਲਈ ਆਲਟਰਨੇਟਿਵ ਕੀ ਹੋਵੇ ਇਹ ਪਹਿਲੀ ਵਾਰੀ ਨਹੀਂ ਹੋਇਆ ਵੀ ਪੰਜਾਬ ਸਰਕਾਰ ਦੇ ਏਜੀ ਨੇ ਪੰਜਾਬ ਦਾ ਪੱਖ ਨਹੀਂ ਰੱਖਿਆ ਜਿਹੜਾ ਪਹਿਲਾ ਏਜੀ ਸੀ ਪੰਜਾਬ ਸਰਕਾਰ ਦਾ ਜਿਹਨੂੰ ਇਹਨਾਂ ਨੂੰ ਬਦਲ ਲਾ ਪਿਆ ਐਸਵਾਈਐਲ ਦੇ ਸਵਾਲ ਤੇ ਵੀ ਉਹ ਪੰਜਾਬ ਦਾ ਪੱਖ ਨਹੀਂ ਰੱਖ ਸਕਿਆ ਇਸ ਕਰਕੇ ਸੁਪਰੀਮ ਕੋਰਟ ਨੂੰ ਆਪਣੇ ਰਿਮਾਰਕਸ ਜਿਹੜੇ ਉਹ ਦੇਣੇ ਪਏ ਪੰਜਾਬ ਦੇ ਬਰੋਚ ਅੱਜ ਵੀ ਜੇ ਸਾਡਾ ਪੰਜਾਬ ਦਾ ਏਜੀ ਹੈ ਜਿਹੜਾ ਉਹ ਪ੍ਰੋਪਰ ਪੰਜਾਬ ਦਾ ਪੱਖ ਨਹੀਂ ਰੱਖ ਸਕਿਆ ਤਾਂ ਉਹ ਪੰਜਾਬ ਸਰਕਾਰ ਦੀ ਫਲੋਰ ਹੈ ਇਹ ਏਜੀ ਨੂੰ ਮਤਲਬ ਪੂਰਾ ਕਹਿੰਦੇ ਹੁੰਦੇ ਤਿਆਰੀ ਨਾ ਜਾਣਾ ਚਾਹੀਦਾ ਸੀ ਆਪਣਾ ਪੱਖ ਮਜ਼ਬੂਤੀ ਨਾਲ ਰੱਖਣਾ ਚਾਹੀਦਾ ਸੀ ਪਰ ਇਸ ਗੱਲ ਨੂੰ ਅੱਖੋਂ ਪਰੋਖੇ ਤੁਸੀਂ ਕਿਵੇਂ ਕਰ ਸਕਦੇ ਹੋ ਪਰ ਆਮ ਆਦਮੀ ਪਾਰਟੀ ਵਾਲੇ ਤਾਂ ਕਹਿ ਰਹੇ ਹਨ ਉਹਨਾਂ ਦੇ ਬਲਾਰੇ ਵੀ ਉਹਨਾਂ ਦੇ ਨੁਮਾਇंदे ਵੀ ਕਹਿੰਦੇ ਜੀ ਸਾਹਿਬ ਨੇ ਤਾਂ ਸਗੋਂ ਫਸਲਾਂ ਤੇ ਐਮ ਐਸ ਪੀ ਮੰਗੀ ਹੈ ਕਿ ਬਾਕੀ ਫਸਲਾਂ ਤੇ ਐਮ ਐਸ ਪੀ ਦਿਓ ਤਾਂ ਕਿ ਕਿਸਾਨ ਦੂਜੀਆਂ ਫਸਲਾਂ ਬੀਜਣ ਛੋਣੇ ਤੋਂ ਖੜਾ ਛੁੱਟੇ ਦੇਖੋ ਅਸੀਂ ਇਹ ਕਹਿੰਨੇ ਆਂ ਵੀ ਜਾਂ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਬਲਾਰੇ ਨੇ ਉਹ ਇਹ ਸਪਸ਼ਟ ਕਰਨ ਬਈ ਕੀ ਝੋਨੇ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਖਾਣਕ ਦਾ ਇੱਕ ਅੰਗ ਨਹੀਂ ਹੈ ਜੇ ਖਰਾਕ ਦਾ ਅੰਗ ਆ ਤਾਂ ਝੋਨਾ ਬੀਜਿਆ ਜਾਏਗਾ ਤੇ ਪੰਜਾਬ ਚੋ ਬੀਜਿਆ ਜਾਏਗਾ ਤੇ ਜਿਹੜਾ ਅਸੀਂ ਵਿਦੇਸਾਂ ਨੂੰ ਠੂਠਾ ਫੜ ਕੇ ਤੁਰੇ ਫਿਰਦੇ ਸੀ ਤੇ ਉਹ ਠੂਠਾ ਫੜਨੋਂ ਹਟਾਇਆ ਪੰਜਾਬ ਦੇ ਕਿਸਾਨਾਂ ਨੇ ਕਣਕ ਤੇ ਝੋਨੇ ਦੀ ਪੈਦਾਵਾਰ ਕਰਕੇ ਤੇ ਇਹਦਾ ਮਤਲਬ ਇਹ ਨਹੀਂ ਆਇਆ ਵੀ ਹੁਣ ਉਹ ਖਮਿਆਜਾ ਵੀ ਪੰਜਾਬ ਦੇ ਕਿਸਾਨਾਂ ਨੂੰ ਭੁਗਤਣਾ ਪਵੇ ਤਾਂ ਐਸ ਵੇਲੇ ਜਿਹੜੀ ਪੰਜਾਬ ਸਰਕਾਰ ਕਰ ਰਹੀ ਆ ਐਸਚੋ ਦਾ ਲਾ ਕੇ ਇਹਨਾਂ ਦੀ ਡਿਊਟੀ ਹੋਰ ਹੈ ਉਹ ਆਪਣੀ ਡਿਊਟੀਆਂ ਦਾ ਕਰਨ ਤੋ ਪਰਾਲੀ ਤਾਂ ਹੁਣ ਜਿਹੜੇ ਉਹ ਤਾਂ ਨੇਫਟ ਚੁੱਕੀ ਆ ਹੁਣ ਬਾਅਦ ਚ ਝੂਠੇ ਕੇਸਾਂ ਚ ਫਸਾਉਣਗੇ ਕਿਸਾਨਾਂ ਨੂੰ ਹੋਰ ਕਰਨਗੇ ਇਹ ਤਾਂ ਉਹ ਪੰਜਾਬੀ ਦੇ ਇੱਕ ਕਹਾਵਤ ਆ ਬੇ ਸੱਪ ਲੰਘਿਆ ਉਹ ਲੀ ਨੂੰ ਕੁੱਟੀ ਜਾਂਦੇ ਨੇ ਹੁਣ ਉਹ ਮਤਲਬ ਲੀ ਨੂੰ ਚੁੱਪਣ ਦਾ ਜਿਹੜਾ ਸਵਾਲ ਆ ਪੰਜਾਬ ਸਰਕਾਰ ਕਰ ਰਹੀ ਆ ਜਿਹੜਾ ਉਹ ਝੜਕਾਂ ਸਰਕਾਰ ਦੀਆਂ ਪਈਆਂ ਥੱਲੇ ਹੁਣ ਉਹ ਗੁੱਸਾ ਕਿਸਾਨਾਂ ਦੇ ਉੱਤੇ ਮਤਲਬ ਮੁਕਦਮੇ ਦਰਜ ਕਰਕੇ ਝੂਠੇ ਮੁਕਦਮੇ ਦਰਜ ਕਰਕੇ ਉਹ ਇਸ ਤਰ੍ਹਾਂ ਦਾ ਯਤਨ ਹੋਏਗਾ ਜਿਹਦਾ ਪ੍ਰਤੀਰੋਧ ਥੱਲਿਓਂ ਸਰਕਾਰ ਨੂੰ ਹੀ ਉਹਦਾ ਸਾਹਮਣਾ ਕਰਨਾ ਪਏਗਾ ਇੱਕ ਵੱਖ-ਵੱਖਰੇ ਤਰ੍ਹਾਂ ਦੇ ਨਾ ਜ਼ਿਲ੍ਹਿਆਂ 'ਚ ਡਿਪਟੀ ਕਮਿਸ਼ਨਰਾਂ ਨੇ ਹੁਕਮ ਚਾੜ੍ਹ ਦਿੱਤੇ ਸੀ ਕਈ ਤਾਂ ਪਲਟੀ ਮਾਰ ਗਏ ਕਈ ਕਹਿੰਦੇ ਜਿਹੜੇ ਕਿਸਾਨ ਖੇਤਾਂ 'ਚ ਅੱਗ ਲਾਉਣਗੇ ਉਹਨਾਂ ਦੀ ਇਮੀਗ੍ਰੇਸ਼ਨ ਬੱਚਿਆਂ ਦੀ ਬੰਦ ਕਰਾਂਗੇ ਕੋਈ ਕਹਿੰਦਾ ਨੰਬਰਦਾਰੀ ਪੰਚੀ ਸਰਪੰਚੀ ਰੱਦ ਕਰਾਂਗੇ ਇਸ ਤਰ੍ਹਾਂ ਦੇ ਹੁਕਮ ਨਾਲ ਤੁਹਾਨੂੰ ਲੱਗਦਾ ਸਮੱਸਿਆ ਦੀ ਜੜ ਦਾ ਹੱਲ ਖਤਮ ਹੋ ਜਾਏਗੀ ਦੇਖੋ ਇਸ ਤਰ੍ਹਾਂ ਦੇ ਨਾਦਰਸ਼ਾਹੀ ਹੁਕਮਾਂ ਦੇ ਨਾਲ ਕਦੇ ਮਸਲੇ ਦਾ ਹੱਲ ਨਹੀਂ ਹੁੰਦਾ ਮਸਲੇ ਦਾ ਅਸਲ ਹੱਲ ਇਹ ਆ ਵੀ ਜਿਹੜਾ ਛੋਪਿਆ ਪਿਆ ਇਸ ਗੱਲ ਦੇ ਵਿੱਚ ਸਰਕਾਰ ਕਿਸਾਨਾਂ ਦੀ ਮਦਦ ਕਿਉਂ ਨਹੀਂ ਕਰਦੀ ਇਸ ਗੱਲ ਤੋਂ ਸਰਕਾਰ ਆਪ ਦੇ ਪੈਰ ਪਿੱਛੇ ਕਿਉਂ ਖਿੱਚਦੀ ਹੈ ਇਸ ਗੱਲ ਲਈ ਤਾਂ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਇਹਨਾਂ ਨੂੰ ਆਲਟਰਨੇਟਿਵ ਮਦਦ ਤਾਂ ਕਰੋ ਕਿਸਾਨਾਂ ਦੀ ਤੇ ਉਹ ਮਦਦ ਕਿਉਂ ਨਹੀਂ ਕਰਦੀ ਹੈ ਸਰਕਾਰ ਤੇ ਉਹ ਮਦਦ ਤੋਂ ਸਰਕਾਰ ਆਪਣੇ ਪੈਰ ਪਿੱਛੇ ਖਿੱਚਦੀ ਹੈ ਤੇ ਉਹਨਾਂ ਨੂੰ ਧਮਕੀਆਂ ਦੇ ਕੇ ਕਿਸਾਨਾਂ ਨੂੰ ਜਾਂ ਪਰਚਿਆਂ ਦੀਆਂ ਧਮਕੀਆਂ ਜਾਂ ਬੱਚਿਆਂ ਦੀਆਂ ਜਾਂ ਨੰਬਰਦਾਰੀ ਖਤਮ ਕਰਨ ਦੀਆਂ ਅਜਿਹੀਆਂ ਧਮਕੀਆਂ ਪੰਜਾਬ ਸਰਕਾਰ ਨੇ ਦਿੱਤੀਆਂ ਨੇ ਤੇ ਜਿਹੜਾ ਧਮਕਿਆਂ ਨਾਲ ਕੰਮ ਕਦੇ ਨਹੀਂ ਚੱਲਦਾ ਤੇ ਕੰਮ ਚੱਲੇਗਾ ਜਿਹੜਾ ਸਿਸਟਮ ਨੂੰ ਠੀਕ ਕਰਨ ਲਈ ਉਹਦੇ ਲਈ ਸਰਕਾਰ ਆਪਣੇ ਜਿਹੜੇ ਜਹਾਜ਼ਾਂ ਤੇ ਖਰਚੇ ਕਰਦੇ ਨੇ ਐਡਵਰਟਾਈਜ਼ਮੈਂਟ ਤੇ ਖਰਚੇ ਕਰਦੇ ਨੇ ਜਿਹੜੀ ਫालतू ਫਜ਼ੂਲ ਖਰਚੀ ਪੰਜਾਬ ਸਰਕਾਰ ਕਰ ਰਹੀ ਆ ਜਿਹੜਾ ਕੇਜਰੀਵਾਲ ਸਾਹਿਬ ਨੂੰ ਢੋਣ ਤੇ ਖਰਚਾ ਕੀਤਾ ਜਾ ਰਿਹਾ ਉਹ ਖਰਚੇ ਬੰਦ ਕਰੋ ਤੇ ਉਹ ਖਰਚੇ ਬੰਦ ਕਰਕੇ ਸਗੋਂ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਸਾਣ ਤੋਂ ਬਚਾਉਣ ਵਾਸਤੇ ਉਹਨਾਂ ਦੀ ਮਦਦ ਕਰੋ ਫైనాన్స్ ਦੇ ਤੌਰ ਤੇ ਬਿਤੀ ਮਦਦ ਕਰੋ ਤਾਂ ਕਿਸਾਨ ਵੈਸੇ ਬਹੁਤ ਵੱਡਾ ਜਿਹੜਾ ਕਿਸਾਨਾਂ ਦਾ ਹਿੱਸਾ ਜਿਹੜਾ ਉਹ ਪਰਾਲੀ ਸਾੜਨ ਤੋਂ ਰੁਕਿਆ ਹੈ ਪਹਿਲਾਂ ਦੇ ਸਾਲਾਂ ਦੇ ਮੁਕਾਬਲ ਤੱਕ ਅੱਜ ਹੋਰ ਨੋਟ ਕਰਨ ਵਾਲੀ ਹੈ ਜਿਹੜੇ ਅੱਜ ਸੱਤਾ ਤੋਂ ਬਾਹਰ ਹੋ ਗਏ ਉਹਨਾਂ ਦੇ ਅੱਜ ਟਵੀਟ ਦੇਖ ਲਓ ਪੋਸਟਾਂ ਦੇਖ ਲਓ ਬਿਆਨ ਦੇਖ ਲਓ ਮੀਡੀਆ 'ਚ ਉਹ ਕਹਿੰਦੇ ਜੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਪਰਾਲੀ ਨੂੰ ਅੱਗ ਨਾ ਲੱਗੇ। ਇਹੀ ਗੱਲ ਜਦੋਂ ਸੱਤਾ ਤੋਂ ਬਾਹਰ ਸੀ ਆਮ ਆਦਮੀ ਪਾਰਟੀ ਮੁੱਖ ਮੰਤਰੀ ਖੁਦ ਭਗਵੰਤ ਮਾਨ ਐਮਪੀਸੀ ਜਦੋਂ ਉਹ ਇਹ ਕਹਿੰਦੇ ਸੀ ਗੱਲ ਅੱਜ ਦੂਜੇ ਜਿਹੜੇ ਬਾਹਰ ਹੋ ਗਏ ਉਹ ਵੀ ਇਹ ਗੱਲ ਕਹਿ ਰਹੇ ਆ ਜਦੋਂ ਸੱਤਾ 'ਚ ਆਉਂਦੇ ਆ ਉਦੋਂ ਪੰਜਾਬ ਸਰਕਾਰ ਵਾਲੀ ਜ਼ਿੰਮੇਵਾਰੀ ਭੁੱਲਦੀ ਨਜ਼ਰ ਆਉਂਦੀ ਹੈ। ਦੇਖੋ ਇਹ سرمایہਦਾਰ ਪਾਰਟੀਆਂ ਦੇ ਜਿਹੜੇ ਲੀਡਰਾਂ ਦਾ ਇਹ ਵਰਤਾਰਾ ਰਹਿੰਦਾ ਹੈ। ਸਵਾਲ ਇੱਕ ਦੂਜੇ ਤੇ ਇਲਜ਼ਾਮ ਤਰਾਸੀ ਕਰਨ ਦਾ ਇਸ਼ੂ ਨਹੀਂ ਹੈ। ਇਸ਼ੂ ਆ ਜਿਹੜਾ ਸੰਕਟ ਹੈ, ਜਿਹੜੀ ਸਮੱਸਿਆ ਹੈ। ਉਦੇ ਸਮਾਧਾਨ ਦਾ ਇਸ਼ੂ ਉਹ ਸਮਾਧਾਨ ਸਰਕਾਰ ਨੂੰ ਕਰਨਾ ਚਾਹੀਦਾ ਪਹਿਲਿਆਂ ਨੂੰ ਵੀ ਕਰਨਾ ਚਾਹੀਦਾ ਸੀ ਹੁਣ ਵਾਲੇ ਨੂੰ ਵੀ ਕਰਨਾ ਚਾਹੀਦਾ ਤੇ ਜੇ ਪਹਿਲੀਆਂ ਸਰਕਾਰਾਂ ਤੋਂ ਲੋਕ ਤੰਗ ਆਏ ਤਾਂ ਹੀ ਬੰਨਵੇਂ ਜਤਾਏ ਤਾਂ ਆਪਣੀ ਜ਼ਿੰਮੇਵਾਰੀ ਨੂੰ ਅਦਾ ਕਰਨ ਹੁਣ ਸਰਕਾਰ ਵਾਲੇ ਤਾਂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਦੌੜਿਆ ਜਾ ਸਕਦਾ ਵੀ ਪਹਿਲਾਂ ਤੇ ਐਲੀਗੇਸ਼ਨ ਜਾਂ ਪਹਿਲੇ ਹੁਣ ਐਲੀਗੇਸ਼ਨ ਇਸ ਤਰ੍ਹਾਂ ਦਾ ਇਸ਼ੂ ਨਹੀਂ ਹੈ ਤੇ ਉਸ ਇਸ਼ੂ ਦੇ ਉੱਤੇ ਸਰਕਾਰ ਨੂੰ ਇੱਕ ਸੰਜੀਦਗੀ ਨਾਲ ਫੈਸਲੇ ਕਰਨੇ ਚਾਹੀਦੇ ਆ ਔਰ ਕਿਸਾਨਾਂ ਦਾ ਜਿਹੜਾ ਹੱਕ ਬਣਦਾ ਉਹਦੇ ਪੂਰਤੇ ਕਰਨੇ ਚਾਹੀਦੇ ਆ ਔਰ ਕਿਸਾਨਾਂ ਨੂੰ ਖਾਮ-ਖਾਮ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਸੀਪੀਆਈਐਮ ਇਸ ਗੱਲ ਦੇ ਹੱਕ ਵਿੱਚ ਹੈ ਕਿ ਕਿਸਾਨਾਂ ਨੂੰ ਪਰੇਸ਼ਾਨ ਕਰਨ ਤੋਂ ਬਿਨਾਂ ਜੋ ਸਰਕਾਰ ਦੀ ਡਿਊਟੀਆਂ ਬਣਦੀ ਆ ਉਹ ਆਪਣੀ ਡਿਊਟੀ ਅਦਾ ਕਰੇ ਜਿਹੜੇ ਵਾਅਦੇ ਕੀਤੇ ਸੀ ਚੋਣਾਂ ਦੇ ਦੌਰਾਨ ਉਹਨਾਂ ਵਾਅਦਿਆਂ ਦੀ ਪੂਰਤੀ ਕਰਨੀ ਚਾਹੀਦੀ ਆ ਤੇ ਪੰਜਾਬ ਦੇ ਕਿਸਾਨ ਬਿਲਕੁਲ ਵੀ ਉਹ ਲਾਉਣ ਵਾਸਤੇ ਤਿਆਰ ਨਹੀਂ ਹੈ ਅ ਅੱਗ ਲਾਉਣ ਤੋਂ ਬਹੁਤ ਵੱਡੇ ਪੱਧਰ ਤੇ ਮੈਂ ਸਮਝਦਾ ਅੱਜ ਤੋਂ ਕਈ ਸਾਲ ਪਹਿਲਾਂ ਬਹੁਤ ਬੁਰੀ ਹਾਲਤ ਹੁੰਦੀ ਸੀ ਝੋਨੇ ਦੇ ਸੀਜ਼ਨ 'ਚ ਪੰਜਾਬ 'ਚ ਵੀ ਸਾਹ ਨਹੀਂ ਸੀ ਆਉਂਦਾ ਤੇ ਅੱਜ ਇਹ ਦੋਸ਼ ਪੰਜਾਬ ਤੇ ਨਹੀਂ ਇਕੱਲੇ ਤੇ ਛੱਟਿਆ ਜਾ ਸਕਦਾ ਜੇ ਦਿੱਲੀ 'ਚ ਹੋ ਗਿਆ ਜੀ ਫਲਾਨਾ ਹੋ ਗਿਆ ਤਾਂ ਮੈਂ ਸਮਝਦਾ ਪੰਜਾਬ ਦੇ ਬਹੁਤ ਵੱਡੇ ਹਿੱਸੇ ਨੇ ਕਿਸਾਨਾਂ ਨੇ ਅੱਗ ਲਾਉਣੀ ਬੰਦ ਕੀਤੀ ਹੈ ਤੇ ਉਹਨੂੰ ਐਪਰੀਸ਼ੀਏਟ ਵੀ ਤਾਂ ਕਰਨਾ ਚਾਹੀਦਾ ਨਾ ਜਿਹੜੇ ਕਿਸਾਨਾਂ ਨੇ ਬਹੁਤ ਵੱਡੇ ਪੱਦਰ ਤੇ ਹੁਣ ਜਿਹੜੇ ਵਿਚਾਰੇ ਮਜਬੂਰ ਨੇ ਮਸ਼ੀਨਰੀ ਨਹੀਂ ਹੈ ਸਾਧਨ ਨਹੀਂ ਹੈ ਉਹਨਾਂ ਕੋਲੇ ਇੰਨੇ ਸਾਧਨਾਂ ਦੀ ਪੂਰਤੀ ਨਹੀਂ ਹੈ ਤਾਂ ਉਹਨਾਂ ਨੂੰ ਸੰਕਟ ਚੋਂ ਕੱਢਣ ਵਾਸਤੇ ਸਾਰੇ ਕਿਸਾਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਇਲਜ਼ਾਮ ਤਰਾਸੀ ਨਹੀਂ ਪਰ ਇਸ ਗੱਲ ਇਹ ਕਹਿ ਕੇ ਨਹੀਂ ਸਰਦਾ ਹੈ ਜਿਹੜਾ ਟਵੀਟ ਕੀਤਾ ਹੈ ਕੰਗ ਸਾਹਿਬ ਨੇ ਵੀ ਦੂਸਰੀਆਂ ਫਸਲਾਂ ਬੀਜਣ ਤੇ ਅਸੀਂ ਦੂਸਰੀਆਂ ਦੀ ਐਮਐਸਪੀ ਮੰਗ ਕਰਦੇ ਹਾਂ ਸੀਪੀਐਮ ਟੋਟਲ ਫਸਲਾਂ ਤੇ ਐਮਐਸਪੀ ਦੀ ਮੰਗ ਕਰਦੀ ਹੈ ਤੇ ਦੇ ਵਾਸਤੇ ਅਸੀਂ ਲੜਦੇ ਆਂ ਵੀ ਉਹ ਐਮਐਸਪੀ ਬਣਾਓ ਪਰ ਜੇ ਪ੍ਰਾਈਵੇਟ ਖਰੀਦਦਾਰੀ ਖਰੀਦ ਕਰਦਾ ਜੇ ਉਹ ਐਮਐਸਪੀ ਤੋਂ ਘੱਟ ਖਰੀਦਦਾ ਤੋ ਤੇ ਐਫਆਈਆਰ ਦਰਜ ਕਰੋ ਕੈਰਲਾ ਚ ਸਾਡੀ ਸਰਕਾਰ ਹੈ ਉਹ ਸਬਕ ਲੈਣਾ ਚਾਹੀਦਾ ਪੰਜਾਬ ਸਰਕਾਰ ਨੂੰ ਆਪਣੇ ਆਪ ਨੂੰ ਬਹੁਤ ਪ੍ਰੋਗਰੈਸਿਵ ਸਰਕਾਰ ਕਹੋਂਦੀ ਆ ਕੈਰਲਾ ਸਰਕਾਰ ਨੇ ਫਸਲਾਂ ਹੀ ਨਹੀਂ ਸਬਜ਼ੀਆਂ ਤੱਕ ਵੀ ਉਹਨਾਂ ਨੇ ਐਮਐਸਪੀ ਦਿੱਤੀ ਆ ਤੇ ਜੋ ਐਮਐਸਪੀ ਕੇਂਦਰ ਸਰਕਾਰ ਤੈਅ ਕਰਦੀ ਹੈ ਉਹਦੇ ਤੋਂ ਉੱਪਰ ਜੋ ਸੁਆਮੀਨਾਥਨ ਕਮਿਸ਼ਨ ਕਹਿੰਦਾ ਸੀ ਉਸ ਮੁਤਾਬਕ ਐਮਐਸਪੀ ਦਿੱਤੀ ਹੈ ਕੇਰਲਾ ਦੇ ਅੰਦਰ ਤੇ ਜੇ ਕੇਰਲਾ ਸਰਕਾਰ ਇਹ ਸਾਰਾ ਕੁਝ ਕਰ ਸਕਦੀ ਹੈ ਪੰਜਾਬ ਸਰਕਾਰ ਕਿਉਂ ਨਹੀਂ ਕਰ ਸਕਦੀ ਜੇ ਕੇਰਲਾ ਸਰਕਾਰ ਇਸ ਗੱਲ ਦੇ ਹੱਕ ਤੇ ਖੜਦੀ ਹੈ ਤੇ ਕਿਉਂ ਨਹੀਂ ਕਰ ਸਕਦੀ ਹੁਣ ਕੇਰਲਾ ਸਰਕਾਰ ਇੱਕ ਐਸੀ ਸਰਕਾਰ ਹੈ ਜਿਹਨੇ ਦੇਸ਼ ਦੇ ਸਮੂਹ ਲੋਕਾਂ ਵਾਸਤੇ ਇੱਕ ਚੰਗਾ ਸੁਨੇਹਾ ਦਿੱਤਾ ਜਿਹੜੇ ਕੇਂਦਰ ਸਰਕਾਰ ਸਮਾਰਟ ਮੀਟਰ ਲਾਉਣ ਦੀ ਪਾਲਸੀ ਅਡਾਪਟ ਕਰ ਰਹੀ ਹੈ। ਕੇਰਲਾ ਦੇ ਇੱਕ ਐਸੀ ਅਸੈਂਬਲੀ ਹੈ ਜਿਨ੍ਹਾਂ ਨੇ ਉਹ 스마트 ਮੀਟਰ ਲਾਉਣ ਤੋਂ ਨਾ ਕਰ ਦਿੱਤੀ ਵੀ ਅਸੀਂ ਨਹੀਂ ਲਾਵਾਂਗੇ। ਕੇਰਲਾ ਦੇ ਅੰਦਰ। ਕੀ ਪੰਜਾਬ ਸਰਕਾਰ ਇਹ ਕਦਮ ਚੁੱਕ ਸਕਦੀ ਹੈ? ਪੰਜਾਬ ਸਰਕਾਰ ਦਾ ਜਿਹੜਾ ਬਲਾਰਾ ਹੈ ਉਹ ਇਸ ਗੱਲ ਤੇ ਸਪਸ਼ਟ ਕਰੇ ਪੰਜਾਬ ਦੇ ਲੋਕਾਂ ਨੂੰ ਇਹ ਥੜਾ ਥੜਾ 스마트 ਮੀਟਰ ਲਾਉਣ ਲੱਗੇ ਹੈ ਪਾਲਸੀ ਨੂੰ ਲਾਗੂ ਕਰਨ ਲੱਗੇ ਹੋਏ ਨੇ ਤੇ ਨਾਲ ਇਹ ਸਪਸ਼ਟ ਕਰਨ ਬਿ ਅਸੀਂ ਜਿਹੜਾ ਕੇਂਦਰ ਸਰਕਾਰ ਨੇ 4 ਕੋੜ ਬਣਾਇਆ ਲੇਵਰ ਕੋਰਡਾ ਦੇ ਵਿੱਚ ਵੀ 8 ਘੰਟੇ ਦੇ ਬਜਾਏ 12 ਘੰਟੇ ਡਿਊਟੀ ਪਰ ਦੇਸ਼ ਵਿੱਚ ਸਾਡੀ ਸਰਕਾਰ ਨੇ ਕਿਹਾ ਵੀ ਇਹ ਅਜਿਹੇ ਨਹੀਂ ਹੋਣ ਦਿਆਂਗੇ ਅਸੀਂ ਕੇਰਲਾ ਦੇ ਪਰ ਪੰਜਾਬ ਵਾਲਿਆਂ ਨੇ ਤਾਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਤੇ ਦਿੱਲੀ ਸਰਕਾਰ ਨੇ ਵੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਇਹ ਪਹਿਲੀ ਵਾਰੀ ਨਹੀਂ ਹੈ ਤੇ ਜੇ ਕਾਲੇ ਖੇਤੀ ਕਾਨੂੰਨ ਬਣੇ ਸੀ ਤਾਂ ਖੇਤੀ ਕਾਨੂੰਨਾਂ ਨੂੰ ਵੀ ਸਭ ਤੋਂ ਪਹਿਲਾਂ ਕੇਜਰੀਵਾਲ ਦੀ ਸਰਕਾਰ ਨੇ ਦਿੱਲੀ ਵਿੱਚ ਲਾਗੂ ਕੀਤਾ ਇਹ ਭਾਵੇਂ ਖੇਤੀ ਥੋੜੀ ਹੁੰਦੀ ਹੈ ਇਥੇ ਇੱਕ ਤਾਂ ਇੰਪੋਰਟੈਂਟ ਮੁੱਦਿਆਂ ਦੀ ਗੱਲ ਆ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਆ ਇੱਕ ਜਿਹੜਾ ਇਹ ਮਹੀਨਾ ਹੈ ਬੜਾ ਖਾਸ ਕਰਕੇ ਉਹਨਾਂ ਗਦਰੀ ਬਾਬਿਆਂ ਲਈ ਜਿਹੜੇ ਕਰਤਾਰ ਸਿੰਘ ਸਰਾਭਾ ਦੇ ਨਾਲ ਹੋਰ ਵੀ ਸੀ ਗਦਰੀ ਬਾਬੇ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਫਾਂਸੀ ਦੇ ਰਸੇ ਚੜ ਗਏ ਉਹਨਾਂ ਦੀ ਯਾਦ ਦੇ ਵਿੱਚ ਇੱਕ ਪ੍ਰੋਗਰਾਮ ਜਿਹੜਾ ਕੀਤਾ ਜਾ ਰਿਹਾ ਉਹ ਪ੍ਰੋਗਰਾਮ ਕੀ ਹੈ ਔਰ ਉੱਥੇ ਕੌਣ ਕੌਣ ਸ਼ਿਰਕਤ ਕਰ ਰਿਹਾ ਸੀਪੀਐਮ ਦੀ ਪੰਜਾਬ ਰਾਜ ਕਮੇਟੀ ਵੱਲੋਂ ਗਦਰੀ ਸ਼ਹੀਦ ਜਿਹੜੇ ਪਹਿਲੇ ਸ਼ਹੀਦ ਹੋਇਆ ਜਿਨ੍ਹਾਂ ਨੂੰ ਕੱਠਿਆ ਨੂੰ ਸੱਤਾ ਨੂੰ ਫਾਂਸੀ ਲੱਗੀ ਜੇਚ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਸੀ ਉਹਨਾਂ ਦੇ ਨਾਲ ਵਿਸ਼ਨੂੰ ਗણેਸ਼ ਪਿੰਗਲੇ ਸੀ ਜਗਤ ਸਿੰਘ ਸੋਰ ਸਿੰਘ ਆਲਾ ਸੀ ਹਰਨਾਮ ਸਿੰਘ ਸਿਆਲਕੋਟੀ ਸੀ ਬਖਸ਼ੀਰ ਸਿੰਘ ਸੀ ਤੇ ਉਹਦੇ ਚ ਸਰੈਣ ਸਿੰਘ ਸੀਨੀਅਰ ਤੇ ਸਰੈਣ ਸਿੰਘ ਜੂਨੀਅਰ ਸੱਤ ਗਦਰੀ ਸ਼ਹੀਦਾਂ ਨੂੰ ਸੈਂਟਰਲ ਜੇਲ੍ਹ ਲਾਹੌਰ ਦੇ ਵਿੱਚ ਕੱਠਿਆ ਨੂੰ ਫਾਂਸੀ ਹੋਈ 16 ਨਵੰਬਰ 1915 ਨੂੰ ਤੇ ਅਸੀਂ ਪਾਰਟੀ ਨੇ ਫੈਸਲਾ ਕੀਤਾ ਵੀ ਅੱਜ ਦੇਸ਼ ਦੇ ਅੰਦਰ ਜਿੱਥੇ ਉਹ ਸਾਮਰਾਜ ਦੇ ਖਿਲਾਫ ਲੜ ਰਏ ਸੀ ਤੇ ਜਿੱਥੇ ਸਾਮਰਾਜ ਦੇ ਵਿਰੁੱਧ ਵੀ ਅਸੀਂ ਉਸ ਦਿਵਸ ਨੂੰ ਮਨਾਵਾਂਗੇ ਤੇ ਉਹਨਾਂ ਗਦਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਾਂਗੇ ਔਰ ਮੁਲਕ ਦੇ ਅੰਦਰ ਜਿਹੜਾ ਫਿਰਕੂ ਤਣਾਅ ਵੱਧ ਰਿਹਾ ਥਾਂ ਥਾਂ ਦੇ ਉੱਤੇ ਉਹਦੇ ਖਿਲਾਫ ਵੀ ਕਿਉਂਕਿ ਫਿਰਕੂ ਇੱਕ ਸੁਰਤਾ ਦਾ ਸੁਨੇਹਾ ਦਿੰਦਾ ਸਾਨੂੰ ਗਦਰ ਪਾਰਟੀ ਦੇ ਜਿਨ੍ਹਾਂ ਨੇ ਮਤਲਬ ਸ਼ਹੀਦ ਹੋਏ ਨੇ ਇਹ ਗਦਰ ਪਾਰਟੀ ਦੇ ਜਿਨ੍ਹਾਂ ਨੇ ਮਤਲਬ ਪਹਿਲੇ 7 ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਵਿੱਚ ਅਸੀਂ ਇਹ ਸਮਾਗਮ ਜਲੰਧਰ ਦੇਸ਼ ਭਗਤ ਯਾਦਗਰ ਹਾਲ ਦੇ ਵਿੱਚ ਕਰਨ ਜਾ ਰਹੇ ਹਾਂ ਪੰਜਾਬ ਪੱਧਰੀ ਇਹ ਸਮਾਗਮ ਹੋਏਗਾ ਪੰਜਾਬ ਚੋਂ ਵੱਡੀ ਗਿਣਤੀ ਚ ਲੋਕ ਇਕੱਠੇ ਹੋਣਗੇ ਆਪਣੇ ਉਹਨਾਂ ਮਹਾਨ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਨਗੇ ਔਰ ਇਸ ਸਮੇਂ ਅਸੀਂ ਸੀਪੀਐਮ ਦੇ ਕੁੱਲ ਹਿੰਦ ਜਨਰਲ ਸਕੱਤਰ ਕਾਂਵੜ ਸੀਤਾਰਾਮ ਜੈਤਰੀ ਉਹਨਾਂ ਨੂੰ ਅਪੀਲ ਕਰੀ ਸੀ ਉਹਨਾਂ ਨੇ ਸਾਡੀ ਅਪੀਲ ਪ੍ਰਵਾਨ ਕੀਤੀ ਹੈ ਤੋ 16 ਤਰੀਕ ਨੂੰ ਇਸ 50 ਪਧਰੀ ਸਮਾਗਮ ਨੂੰ ਗਦਰੀ ਸੂਰਬੀਰਾਂ ਦੀ ਯਾਦ ਚ ਜਿਹੜਾ ਅਸੀਂ ਕਰਨ ਜਾ ਰਹੇ ਆ ਉਹਨੂੰ ਸਬੋਧਨ ਕਰਨਗੇ ਨਾਲ ਦੇ ਨਾਲ ਅਸੀਂ ਦੇਸ਼ ਦੇ ਔਰ ਪੰਜਾਬ ਦੇ ਜਿਹੜੇ ਰਾਸਿਕ ਆਰਥਿਕ ਤੇ ਸਮਾਜਿਕ ਮੁੱਦੇ ਨੇ ਉਹਨਾਂ ਉੱਤੇ ਅਸੀਂ ਚਰਚਾ ਵੀ ਕਰਾਂਗੇ ਔਰ ਉਸ ਤੋਂ ਬਾਅਦ ਅਸੀਂ ਪੰਜਾਬ ਦੇ ਅੰਦਰ 5 ਲੱਖ ਲੋਕਾਂ ਦੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਅਸੀਂ ਜਿਹੜੇ ਹੈ ਦਸ਼ਕਤ ਕਰਵਾਉਣ ਜਾ ਰਹੇ ਆ ਸਵਾ ਲੱਖ ਘਰਾਂ ਤੱਕ ਅਸੀਂ ਪਹੁੰਚ ਕਰਾਂਗੇ 30 ਨਵੰਬਰ ਤੱਕ ਦਾ ਸਾਡਾ ਟੀਚਾ ਹੈ ਉਹ 1 ਦਸੰਬਰ ਤੋਂ ਲੈ ਕੇ 15 ਦਸੰਬਰ ਤੱਕ ਅਸੀਂ ਇੱਕ ਜਥਾ ਮਾਰਚ ਕਰਾਂਗੇ ਸਾਰੇ ਪੰਜਾਬ ਦੇ ਅੰਦਰ ਜੱਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਦੀ ਧਰਤੀ ਨੂੰ ਨਤਮਸਤਕ ਹੋ ਕੇ ਉਹ ਜਥਾ ਚੱਲੇਗਾ ਸਾਰੇ ਪੰਜਾਬ ਚ ਘੁੰਮਦਾ ਹੋਇਆ 15 ਤਰੀਕ ਨੂੰ 15 ਦਸੰਬਰ ਨੂੰ ਅਸੀਂ ਹਸੈਨੀ ਵਾਲਾ ਜਿੱਥੇ ਭਗਤ ਸਿੰਘ ਰਾਜਗੁਰੂ ਸਖਦੇਵ ਜੀ ਉਹਨਾਂ ਦੇ ਜਾਚ ਸਮਾਦ ਬਣੀਆ ਉੱਥੇ ਅਸੀਂ ਆਪਣਾ ਜਥੇ ਦੀ ਸਮਾਪਤੀ ਕਰਾਂਗੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਬਹੁਤ ਸ਼ੁਕਰੀਆ ਧੰਨਵਾਦ ਇਸਨ ਸਾਡੇ ਨਾਲ ਸੀਪੀਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਜਿਨ੍ਹਾਂ ਨੇ ਆਪਣੇ ਵਿਚਾਰ ਵੀ ਮੁੱਦਿਆਂ ਤੇ ਸਾਂਝੇ ਕੀਤੇ ਨੇ ਤੇ ਇੱਕ ਪ੍ਰੋਗਰਾਮ ਗਦਰੀ ਸ਼ਹੀਦਾਂ ਦੀ ਯਾਦ ਵਿੱਚ ਉਲੀਕਿਆ ਗਿਆ ਉਸ ਦੇ ਬਾਰੇ ਵੀ ਇਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਇਸ ਮੁਲਾਕਾਤ ਚ ਇਨਾਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবੀਸੀ ਪੰਜਾਬ ਚੰਡੀਗੜ੍ਹ